ਉਹੀ ਬੰਦੇ ਮਿਲਣ ਜਿਹੜੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਆ, ਜਿਹੜੇ ਰੇਤੇ ਦਾ ਬਿਜ਼ਨਸ ਕਰਨਾ ਚਾਹੁੰਦੇ। ਮੈਂ ਹੱਥ ਜੋੜਦਾ, ਮੈਨੂੰ ਨਾ ਮਿਲਣ। ਮੈਂ ਨਹੀਂ ਸੁਣਨਾ ਅਤੇ ਨਾ ਮੇਰੀ ਹਾਈ ਕਮਾਂਡ ਅਤੇ ਮੇਰੇ ਲੀਡਰ ਸੁਣਨਾ ਚਾਹੁੰਦੇ ਆ, ਨਾ ਮੇਰੇ MLA ਸੁਣਨਾ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਰੇਤਾ ਮਾਫੀਆ ਵੀ ਹੈਗਾ। ਅੱਜ ਹੀ ਇਹਦਾ ਫੈਸਲਾ ਕਰ ਦਾਂਗੇ ਕੈਬਨਿਟ ਦੇ ਵਿੱਚ। ਦਰਿਆਵਾਂ ਨਦੀਆਂ 'ਤੇ ਮੈਂ ਹੁਣ ਪੁਲਿਸ ਘੜਾ ਦੇਣੀ। ਕੋਈ ਮਾਫੀਆ ਮੂਫੀਆ 1 ਤਰੀਕ 'ਤੇ ਤੁਹਾਨੂੰ ਦਿਖਣਾ ਨਹੀਂ। ਕੋਈ ਮਾਫੀਆ ਪੰਜਾਬ 'ਚ ਨਹੀਂ ਰਹੇਗਾ। ਚੰਨੀ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਵੀ ਆਪਾਂ ਰੇਤਾ ਫਰੀ ਦੇਵਾਂਗੇ ਪੰਜਾਬ 'ਚ। ਅੱਜ ਤੱਕ ਤਾਂ ਰੇਤਾ ਫਰੀ ਮਿਲੀ ਨਹੀਂ, 1.5 ਮਹੀਨਾ ਹੋ ਗਿਆ। ਉੱਤੋਂ ਇਲੈਕਸ਼ਨ ਸਿਰ 'ਤੇ ਆਈ ਹੋਈ ਆ, ਅਤੇ ਇਲੈਕਸ਼ਨ ਤੋਂ ਬਾਅਦ 'ਚ ਕੌਣ ਫਰੀ ਕਰੂਗਾ? ਇੱਥੇ ਗਰੀਬਾਂ ਨਾਲ ਇੰਨਾ ਧੱਕਾ ਹੋਣ ਡਿਆ ਵਾ। CM ਨੇ ਫਰੀ ਤਾਂ ਕੀ ਕਰਨੀ? ਇੱਥੇ 8-8 ਹਜ਼ਾਰ ਰੁਪਇਆ ਪਰਚੀ 'ਤੇ ਲੈਂਦਾ CM, ਏਡਾ ਥੋੜ੍ਹੀ ਅੱਖਾਂ ਬੰਦ ਕਰਕੇ ਬੈਠਾ, ਉਹਨੂੰ ਪਤਾ ਹੀ ਨਹੀਂ ਆ ਕਿ ਇੱਥੇ ਰੇਤਾ ਚੱਲਣ ਡਈ ਆ। ਰੇਤ ਮਾਫੀਆ ਵਾ, ਗੁੰਡੇ ਆ ਇਹ, ਉਸੇ ਤਰ੍ਹਾਂ ਟੈਕਸ ਇਹਨਾਂ ਗਰੀਬਾਂ ਤੋਂ ਵਸੂਲ ਲੈਂਦੇ ਆ। 8-8, 10-10 ਹਜ਼ਾਰ ਰੁਪਇਆ ਪਰਚੀ ਕੱਟਦੇ ਆ, ਅਤੇ ਇਹ ਇੱਕ ਜੇ ਖੱਡ ਮਨਜ਼ੂਰ ਹੁੰਦੀ ਆ ਅਤੇ ਨਾਲ 100-100 ਕਿੱਲਾ ਇਹ ਮੁਫ਼ਤ ਪੁੱਟ ਦਿੰਦੇ ਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੱਥੇ ਅੱਜ ਕੱਲ੍ਹ ਨਜਾਇਜ਼ ਮਾਈਨਿੰਗ ਨੂੰ ਲੈ ਕੇ ਨਿੱਤ ਨਵੇਂ ਬਿਆਨ ਜਾਰੀ ਕਰ ਰਹੇ ਹਨ, ਉੱਥੇ ਹੀ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਗੱਗੋਮਾਲ 'ਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਠੇਕੇਦਾਰਾਂ ਦੀ ਲੁੱਟ ਵੇਖਣ ਨੂੰ ਮਿਲ ਰਹੀ ਹੈ। ਸਥਾਨਕ ਟਰੱਕ ਡਰਾਈਵਰਾਂ ਨੇ ਗੰਭੀਰ ਆਰੋਪ ਲਾਉਂਦੇ ਹੋਏ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਨੇ ਵੀ ਖੁੱਲ੍ਹ ਕੇ ਟਰੱਕ ਡਰਾਈਵਰਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਰੇਤ ਮਾਫੀਆ ਦੀ ਗੁੰਡਾਗਰਦੀ ਇਸ ਕਦਰ ਵੱਧ ਚੁੱਕੀ ਹੈ ਕਿ ਉਹ ਜਿਸ ਵੀ ਖੱਡ 'ਤੇ ਕਬਜ਼ਾ ਕਰਦੇ ਹਨ ਉੱਥੋਂ ਹੋਰ ਕਿਸੇ ਨੂੰ ਰੇਤ ਭਰਨ ਨਹੀਂ ਦਿੰਦੇ। ਟਰੱਕ ਡਰਾਈਵਰਾਂ ਨੇ ਆਰੋਪ ਲਾਏ ਹਨ ਕਿ ਉਹਨਾਂ ਕੋਲੋਂ 25 ਦੇ ਨਾਮ 'ਤੇ ਮੋਟੀ ਰਕਮ ਬਟੋਰੀ ਜਾ ਰਹੀ ਹੈ, ਜਦਕਿ ਪੰਜਾਬ ਸਰਕਾਰ ਸਸਤੀ ਰੇਤ ਦੇਣ ਦਾ ਐਲਾਨ ਕਰ ਚੁੱਕੀ ਹੈ। ਆਰੋਪ ਨੇ ਕਿ ਰੇਤ ਮਾਫੀਆ ਹਜ਼ਾਰਾਂ ਰੁਪਏ 25 ਦੇ ਨਾਮ ਤੋਂ ਹੀ ਇਕੱਠਾ ਕਰ ਰਹੇ ਨੇ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਉਹਨਾਂ ਨੂੰ ਵੀ ਰੇਤ ਭਰਨ ਦਿੱਤੀ ਜਾਵੇ ਜਾਂ ਫਿਰ ਨਜਾਇਜ਼ ਤੌਰ 'ਤੇ ਚੱਲ ਰਹੀਆਂ ਸਾਰੀਆਂ ਖੱਡਾਂ ਨੂੰ ਬੰਦ ਕਰ ਦਿੱਤਾ ਜਾਵੇ। ਸਰ ਵੇਖੋ, 1.5 ਮਹੀਨਾ ਹੋ ਗਿਆ ਸੀਮ ਚੰਨੀ ਨੂੰ ਬਣੇ ਨੂੰ, ਅਤੇ ਇਹਦੇ ਵੱਲੋਂ ਕੀਤੀ ਗਈ ਆ ਵੀ ਰੇਤਾ ਫਰੀ ਕੀਤੀ ਜਾਊਗੀ, ਅਤੇ ਅੱਜ 1.5 ਮਹੀਨਾ ਹੋ ਗਿਆ ਬਣੇ ਨੂੰ, ਅਤੇ ਅੱਜ ਤੱਕ ਰੇਤ ਮਾਫੀਆ 'ਤੇ ਕੋਈ ਇਹੋ ਜਿਹਾ ਨਹੀਂ ਕੀਤਾ ਗਿਆ ਕਿ ਫਰੀ ਕੀਤੀ ਗਈ ਹੋਵੇ। 8-8 ਹਜ਼ਾਰ ਰੁਪਇਆ ਗੱਡੀਆਂ 6 ਚੱਕੀਆਂ ਦਾ ਲੈਂਡ ਹੈ, ਅਤੇ ਉੱਪਰੋਂ ਟੈਕਸ 33 ਹਜ਼ਾਰ ਰੁਪਇਆ ਸਾਲ ਦਾ ਹੀ ਦੇਣ ਡਿਆ ਆਪਣਾ ਸਰਕਾਰ ਨੂੰ 10 ਚੱਕੀਆਂ ਦਾ। ਉਹ ਇੱਥੇ ਟਰਾਲੀਆਂ ਰੇਤਾ ਧੜੱਲੇ ਨਾਲ ਢੋਣ ਡੀਆਂ ਵਾ, ਅਤੇ ਜਿਹੜੀ ਆਪਣੇ ਟਰੱਕ ਆ ਉਹ ਇੱਥੋਂ ਡੱਕੇ ਜਾ ਰਹੇ ਆ, ਅਤੇ ਚੰਨੀ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਵੀ ਆਪਾਂ ਰੇਤਾ ਫਰੀ ਦੇਵਾਂਗੇ ਪੰਜਾਬ 'ਚ। ਅੱਜ ਤੱਕ ਤਾਂ ਰੇਤਾ ਫਰੀ ਮਿਲੀ ਨਹੀਂ, 1.5 ਮਹੀਨਾ ਹੋ ਗਿਆ। ਉੱਪਰੋਂ ਇਲੈਕਸ਼ਨ ਸਿਰ 'ਤੇ ਆਈ ਹੋਈ ਆ, ਅਤੇ ਇਲੈਕਸ਼ਨ ਤੋਂ ਬਾਅਦ 'ਚ ਕੌਣ ਫਰੀ ਕਰੂਗਾ? ਇਹਨੂੰ ਅੱਜ ਕਿੰਨੇ ਦਿਨ ਹੋ ਗਏ ਆ, ਕੋਈ ਫਰੀ ਤਾਂ ਕੀਤੀ ਨਹੀਂ ਆ, ਅਤੇ ਉਦੋਂ ਬਾਅਦ 'ਚ ਝੂਠੇ ਲਾ ਰਹੇ ਕੈਪਟਨ ਕਰਕੇ ਚੱਲ ਗਿਆ। ਅੱਜ ਤੱਕ ਉਹਨੇ ਤਾਂ ਰੇਤਾ ਫਰੀ ਨਹੀਂ ਕੀਤੀ, ਕੋਈ ਰੇਤ ਮਾਫੀਆ ਫਰੀ ਨਹੀਂ ਕੀਤਾ, ਹੁਣ ਚੰਨੀ ਝੂਠੇ ਲਾ ਰਹੇ ਕਰਨ ਡਿਆ ਪਿਆ ਵਾ। ਇਹ ਵੋਟਾਂ ਲੈਣ ਦੇ ਸਾਰੇ ਇੱਕ ਟਕਵਾਂਜਲ ਇਹਨਾਂ ਨੇ ਬਣਵਾਏ ਹੋਏ ਆ, ਕੋਈ ਰੇਤਾ ਨਹੀਂ ਇਹਨਾਂ ਫਰੀ ਕਰਨੀ, ਇੱਕ ਦੁਨੀਆ ਨੂੰ ਪਿੱਛੇ ਲਾਉਣ ਵਾਸਤੇ ਹੀ। ਇਹ ਇੱਕ ਰੇਤ ਮਾਫੀਆ ਵੀ ਇਹਨਾਂ ਦੇ ਸਾਰੇ ਅੰਡਰ 'ਚ ਆ, ਜਿਹੜੇ CM ਨੂੰ ਪੈਸਾ ਜਾਣ ਡਿਆ ਪੈਂਦਾ ਵਾ, ਉਹ ਆਪਣੇ ਝੂਠੇ ਲਾਰੇ ਲਾ ਕੇ ਅਤੇ ਆਪਣੀਆਂ ਵੋਟਾਂ ਲੈ ਕੇ ਅਤੇ ਬਹਿ ਜਾਂਦਾ। ਹੁਣ ਕੀ ਕਾਰਗੁਜ਼ਾਰੀ ਇੱਥੇ ਠੇਕੇਦਾਰਾਂ ਦੀ? ਕਾਰਗੁਜ਼ਾਰੀ ਵੇਖੋ ਜੀ, 8-8 ਹਜ਼ਾਰ ਰੁਪਇਆ 6 ਚੱਕੀਆਂ ਗੱਡੀਆਂ ਲੈਣ ਡਿਆ, ਅਤੇ ਵੇਖੋ ਪਿੱਛੋਂ ਇਹਨਾਂ ਦਾ ਕੋਈ ਠੇਕਾ ਨਹੀਂ ਅੱਗੇ ਸਰਕਾਰ ਨੂੰ ਜਾ ਰਿਹਾ, ਸਿਰਫ ਸਭ ਆਪਣੇ MLA ਮੰਤਰੀਆਂ ਦੀ ਮਿਲੀ ਭੁਗਤ ਨਾਲ, ਅਫਸਰਾਂ ਦੀ ਮਿਲੀ ਭੁਗਤ ਨਾਲ ਕੰਮ ਚੱਲਣ ਡਿਆ ਵਾ। ਕੋਈ ਇੱਥੇ ਕਿਸੇ ਨੂੰ ਪੁੱਛਦਾ ਨਹੀਂ ਆ, ਜਿਹੜੇ ਅਫਸਰ ਨੂੰ ਪੈਸੇ ਚਲੇ ਜਾਂਦੇ ਆ ਉਹ 'ਚ ਆਪਣਾ ਬਹਿ ਜਾਂਦੇ ਆ, ਅਤੇ ਇੱਥੇ ਗਰੀਬਾਂ ਨਾਲ ਇੰਨਾ ਧੱਕਾ ਹੋਣ ਡਿਆ ਵਾ। CM ਨੇ ਫਰੀ ਤਾਂ ਕੀ ਕਰਨੀ? ਇੱਥੇ 8-8 ਹਜ਼ਾਰ ਰੁਪਇਆ ਪਰਚੀ 'ਤੇ ਲੈਂਦਾ CM, ਏਡਾ ਥੋੜ੍ਹੀ ਅੱਖਾਂ ਬੰਦ ਕਰਕੇ ਬੈਠਾ, ਉਹਨੂੰ ਪਤਾ ਹੀ ਨਹੀਂ ਆ ਕਿ ਇੱਥੇ ਰੇਤਾ ਚੱਲਣ ਡਈ ਆ। ਤੁਸੀਂ ਸਾਰੇ ਲੋਕ ਕੌਣ, ਮਤਲਬ ਕਿ ਇੱਥੇ ਤੁਹਾਡੇ ਕੰਮ? ਵੇਖੋ ਜੀ, ਇਹ ਟਰੱਕਾਂ ਵਾਲੇ ਹੀ ਆ ਸਾਰੇ, ਇੱਥੇ ਕਿਸੇ ਦੀ ਕੋਈ ਸੁਣਾਈ ਨਹੀਂ ਹੋਣ ਡਈ, ਪੂਰੀ ਗੁੰਡਾਗਰਦੀ ਚੱਲਣ ਡਈ ਆ ਰੇਤ ਮਾਫੀਆ 'ਚ ਇੱਥੇ ਪਰਚੀ ਵਾਲਿਆਂ ਦੀ।
कोई किसी नूं इत्थे पुछदा नहीं आ। जे कोई ट्रक वाला कोई गल करदा उहनूं कहिंदे भरनी ठीक है नहीं भरनी लै जाओ, इहदों घट 8000 तों घट कोई नहीं लवांगे पैसा। ਇਹ ਕਿਹੜੇ ਏਰੀਏ ਦੀਆਂ ਜਿਹੜੀਆਂ ਖੱਡਾਂ ਨੇ ਤੇ ਕਿੱਥੇ ਕਿੱਥੇ? ਵੇਖੋ ਜੀ, ਇਹ ਇਸ ਟਾਈਮ ਆਪਣਾ ਕੋਟਰ ਜੱਦਾ ਵਾ, ਇੱਕ ਛੰਨਾ ਵਾ ਕੋਟਰ ਜੱਦੇ ਨਾਲ, ਇੱਕ ਚਾੜਪੁਰ ਆ ਰੂੜੇ ਵਾਲਿਆ। ਖੱਡਾਂ ਇਹਨਾਂ ਦੀਆਂ ਜਿਹੜੀਆਂ ਪਿੱਛੇ ਆਪਣਾ ਜਿਹੜੀਆਂ ਹੋਈਆਂ ਸੀ ਆ ਪਾਸ, ਉਹ ਹੁਣ ਚੰਨੀ ਨੇ ਵੀ ਰੱਦ ਕਰਤੀਆਂ। ਉਹ ਵੈਸੇ ਵੀ ਠੇਕਾ ਇਹਨਾਂ ਦਾ ਕੋਈ ਨਹੀਂ ਗਿਆ, ਇਹ ਗੈਰ ਕਾਨੂੰਨੀ ਕੰਮ ਚੱਲਣ ਡਿਆ ਵਾ ਸਭ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ। ਵੇਖੋ ਜੀ, ਡੀ ਸੀ ਸਾਹਿਬ ਕੱਲ੍ਹ ਗੇੜਾ ਮਾਰ ਕੇ ਗਏ ਆ ਅਤੇ ਕੰਮ ਅੱਜ ਫਿਰ ਚੱਲਿਆ, ਕਿਉਂਕਿ ਉਹਨਾਂ ਨੂੰ ਜਦੋਂ ਉਹਨਾਂ ਦੀ ਸੈਟਿੰਗ ਹੋ ਜਾਂਦੀ ਆ ਕੰਮ ਚੱਲਣ ਡਿਆ ਪੈਂਦਾ ਵਾ। ਹੁਣ ਅੱਜ ਸਾਡਾ ਰੌਲਾ ਗੌਲਾ ਹੈਗਾ ਸੀ ਅਤੇ ਇਹਨਾਂ ਨੇ ਮਸ਼ੀਨਾਂ ਚੁੱਕ ਕੇ ਪਾਸੇ ਕਰਤੀਆਂ ਵਾ ਬਿਲਕੁਲ, ਤਾਂ ਉਹਨਾਂ ਨੂੰ ਪਤਾ ਮੀਡੀਆ ਆਉਣਾ ਵਾ, ਇਹਨਾਂ ਨੇ ਧਰਨਾ ਲਾਉਣਾ ਵਾ ਅਤੇ ਇਹਨਾਂ ਮਸ਼ੀਨਾਂ ਚੁੱਕ ਕੇ ਪਾਸੇ ਕਰਤੀਆਂ ਵਾ। ਸਾਡੀ ਮੰਗ ਇਹੀ ਆ ਜੋ ਸੀ ਐੱਮ ਚੰਨੀ ਨੇ ਝੂਠੇ ਲਾਰੇ ਲੋਕਾਂ ਨੂੰ ਲਾਏ ਆ ਉਹ ਪੂਰੇ ਕੀਤੇ ਜਾਣ, ਅਤੇ ਜੋ ਜਾਇਜ਼ ਰੇਟ ਆ ਉਸ ਰੇਟ 'ਤੇ ਦਿੱਤੀ ਜਾਵੇ ਰੇਤਾ, ਉਦੋਂ ਅਸੀਂ ਵੀ ਲੋਕਾਂ ਨੂੰ ਥੋੜ੍ਹੀ ਜਾਇਜ਼ ਰੇਟ 'ਤੇ ਰੇਤਾ ਲਾਈਏ। ਉੱਤੋਂ ਪੈਟਰੋਲ ਦੇ ਡੀਜ਼ਲ ਦੇ ਰੇਟ ਵੇਖੋ, ਇੱਧਰੋਂ ਰੇਤਾ ਮਹਿੰਗੀ ਆ ਅਤੇ ਗਰੀਬਾਂ 'ਤੇ ਭਾਰ ਪਊ, ਹੋਰ ਕਿੱਥੇ ਪਊਗਾ। ਜਿਹੜੀ ਪੱਤੀ ਤੁਹਾਨੂੰ ਮਹਿੰਗੀ ਲੱਗਦੀ ਹੈ, ਹਾਂ ਉਹ ਗਰੀਬ ਜਨਤਾ 'ਤੇ ਭਾਰ ਪਊ। ਹੁਣ ਅਸੀਂ ਇੱਥੋਂ 8000 ਦੇਵਾਂਗੇ ਅਗਲੇ ਬੰਨੇ, ਉਸ ਹਿਸਾਬ ਨਾਲ ਹੀ ਅਸੀਂ ਰੇਤਾ ਲਾਵਾਂਗੇ। ਅਤੇ ਸੀ ਐੱਮ ਚੰਨੀ ਦਾ ਅੱਜ ਤੱਕ ਫਰੀ ਰੇਤਾ ਕਿੱਥੇ ਗਈ? ਮੇਰਾ ਨਾਮ ਸੁਖਵਿੰਦਰ ਸਿੰਘ ਬੋਵੀ ਜੀ, ਕੀ ਆ ਉਹਦਾ ਆਪਣਾ? ਮੈਂ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਦਾ ਪੰਜਾਬ ਦਾ ਪ੍ਰਧਾਨ ਹਾਂ। ਅੱਜ ਮੇਰੇ ਵੀਰ ਜਿੰਨੇ ਵੀ ਤੁਹਾਨੂੰ ਵੀਰਾਂ ਨੇ ਦੱਸਿਆ, ਪਹਿਲੇ ਸਾਰੇ ਟਰੱਕ ਯੂਨੀਅਨ ਦੇ ਨਾਲ ਮੈਂਬਰ ਨੇ ਅਤੇ ਸਾਰੇ ਟਰੱਕ ਦਾ ਆਪਣੇ ਦਾ ਧੰਦਾ ਕਰਦੇ ਆ, ਅਤੇ ਇਹਨਾਂ ਕਾਲ ਕੀਤੀ ਕਿ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਹੈ, ਤੁਸ ਵੇਖਣਾ ਹੈ ਆਪਣੀ ਜਥੇਬੰਦੀ ਦੇ ਨਾਲ। ਇੱਥੇ ਵਾਹੇ ਜੋ ਇਹਨਾਂ ਨੇ ਦੱਸਿਆ ਸਹੀ ਆ ਅਤੇ ਨਜਾਇਜ਼ ਮਾਈਨਿੰਗ ਚੱਲਣ ਦੀ ਆ। ਪਹਿਲਾਂ ਹੀ ਗਰੀਬਾਂ ਨਾਲ ਬੜੇ ਧੱਕੇ ਹੋਏ ਆ, ਅਤੇ ਜਦ ਇਹਨਾਂ ਦੇ ਗਰੀਬਾਂ ਦੀ ਥੋੜ੍ਹੀ ਆਸ ਜੁੜੀ ਸੀ ਕਿ ਇਹ ਜੋ ਸੀ ਐੱਮ ਚੰਨੀ ਬਣਿਆ ਵਾ ਸ਼ਾਇਦ ਇਹ ਗਰੀਬਾਂ ਦੇ ਹੱਕ 'ਚ ਉਤਰੇਗਾ, ਕਿਉਂਕਿ ਉਹ ਦਿਨ ਬ ਦਿਨ ਜੋ ਆਪਣੇ ਵਾਅਦੇ ਕਰ ਰਹੇ ਨੇ, ਅਤੇ ਉਹਨਾਂ ਵਾਅਦਿਆਂ ਨੂੰ ਲੈ ਕੇ ਇਹਨਾਂ ਲੋਕਾਂ ਫਿਰ ਥੋੜ੍ਹੀ ਆਪਣੀ ਆਪਣੇ ਸੋਚਿਆ ਕਿ ਜੋ ਜੇ ਸੀ ਐੱਮ ਨਵਾਂ ਚੰਨੀ ਬਣਿਆ ਵਾ ਇਹ ਗਰੀਬਾਂ ਦੇ ਹੱਕ ਵਿੱਚ ਉਤਰੇਗਾ ਅਤੇ ਜੋ ਇਹਨੇ ਵਾਅਦੇ ਕੀਤੇ ਆ ਉਹ ਪੂਰੇ ਕਰੇਗਾ। ਤੁਹਾਨੂੰ ਲੱਗਦਾ ਹੁਣ ਤੱਕ ਜਿਹੜੀ ਕਾਰਗੁਜ਼ਾਰੀ ਆ ਉਹ ਤੋਂ ਕਿੱਦਾਂ ਲੱਗਦਾ ਕਿ ਹੁਣ ਪੂਰੀ ਹੋ ਰਹੀ ਹੈ? ਰੇਤਾਂ ਨੂੰ ਜਿਹੜੇ ਮਾਫੀਆ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਤੇ ਬਾਰੇ ਕੀ ਕਹਿਣਾ? ਵੇਖੋ, ਇਹ ਤੁਹਾਨੂੰ ਸਾਰਿਆਂ ਨੂੰ ਪਤਾ, ਇਹਨਾਂ ਵੀਰਾਂ ਨੇ ਵੀ ਦੱਸਿਆ ਵਾ ਕਿ ਕਿੰਨੇ ਕੁ ਜਿਹੜੇ ਇਹਨੇ ਵਾਅਦੇ ਕੀਤੇ ਸੀ ਉਹਨੇ ਕਿੰਨੇ ਕੁ ਪੂਰੇ ਕੀਤੇ ਆ। ਉਸੇ ਤਰ੍ਹਾਂ ਹੀ ਜਿਹੜੇ ਭੂਮੀ ਰੇਤ ਮਾਫੀਆ ਵਾ ਗੁੰਡੇ ਆ ਇਹ ਉਸੇ ਤਰ੍ਹਾਂ ਟੈਕਸ ਇਹਨਾਂ ਗਰੀਬਾਂ ਤੋਂ ਵਸੂਲਣ ਦੇ ਆ, 8-8 10-10 ਹਜ਼ਾਰ ਰੁਪਈਆ ਪਰਚੀ ਕੱਟਣ ਦੇ ਆ, ਅਤੇ ਇਹ ਇੱਕ ਜੇ ਇੱਕ ਖੱਡ ਮਨਜ਼ੂਰ ਹੁੰਦੀ ਆ ਅਤੇ ਨਾਲ 100-100 ਕਿੱਲਾ ਇਹ ਮੁਫ਼ਤ ਪੁੱਟ ਦਿੰਦੇ ਆ। ਇਹ ਜਿੰਨਾ ਵੀ ਇਹ ਪੈਸਾ ਵਾ ਇਹ ਕਿਹੜੇ ਕਿੱਧਰ ਜਾਂਦਾ, ਕਿਹੜੀ ਸਰਕਾਰ ਕੋਲ ਜਾਂਦਾ, ਇਹ ਜਨਤਾ ਪੁੱਛਣਾ ਚਾਹੁੰਦੀ ਆ ਕਿ ਇਹ ਜਿੰਨਾ ਪੈਸਾ ਅੱਜ ਤੋਂ ਮੈਨੂੰ ਵੀ ਇੱਥੇ ਰਹਿੰਦੇ ਘੱਟੋ ਘੱਟ 10-12 ਸਾਲ ਹੋ ਗਏ ਆ ਵੇਖਣ ਦੇ ਵੀ ਇਸੇ ਤਰ੍ਹਾਂ ਹੀ ਧੰਦੇ ਚੱਲਣ ਦੇ ਨੇ। ਇਹ ਘੱਟੋ ਘੱਟ 20-25 ਲੱਖ ਰੁਪਈਆ ਇਹਨਾਂ ਗਰੀਬਾਂ ਦੀ ਹੀ ਪੈਲੀ ਤੋਂ ਆਪ ਇਨਕਮ ਜਿਹੜੀ ਖੜਦੇ ਆ, ਇਹ ਗਰੀਬ ਅਤੇ ਸਾਡੀ ਜਥੇਬੰਦੀ ਪੁੱਛਣਾ ਚਾਹੁੰਦੀ ਆ ਕਿ ਇਹ ਪੰਜਾਬ ਸਰਕਾਰ ਤੱਕ ਪੈਸੇ ਪਹੁੰਚਦੇ ਆ ਕਿ ਨਹੀਂ ਪਹੁੰਚਦੇ? ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਵੀ ਜਾਂ ਤਾਂ ਆਪਣੇ ਰੇਤ ਬਿਲਕੁਲ ਬੰਦ ਹੋਣੀ ਚਾਹੀਦੀ ਆ, ਜੇ ਨਹੀਂ ਬੰਦ ਹੁੰਦੀ ਤਾਂ ਫਿਰ ਸਾਰਿਆਂ ਦਾ ਕੰਮ ਚੱਲਣਾ ਚਾਹੀਦਾ। ਅਤੇ ਮਸਲਾ ਇਹੋ ਹੀ ਆ ਵੀ ਇਹ ਕੁਝ ਜਿਹੜੇ ਪਿੰਡ ਦੇ ਇੱਧਰ ਦੇ ਇਲਾਕੇ ਦੇ ਸੰਦ ਆ ਉਹ ਇਕੱਲੇ ਭਰਾਉਂਦੇ ਆ ਠੇਕੇਦਾਰ ਰਲ ਕੇ, ਅਤੇ ਸਾਨੂੰ ਦੂਜੇ ਜਿਹੜੇ ਬਾਹਰ ਦੇ ਉਹਨਾਂ ਨੂੰ ਨਹੀਂ ਭਰਾਉਂਦੇ। ਕਾਰਨ ਤਾਂ ਹੁਣ ਇਹ ਜਾਂ ਠੇਕੇਦਾਰਾਂ ਨੂੰ ਪਤਾ ਹੋਵੇ ਜਾਂ ਫਿਰ ਇਹ ਪਿੰਡਾਂ ਵਾਲਿਆਂ ਨੂੰ ਇਹਨਾਂ ਨੂੰ ਪਤਾ ਹੋਵੇ। ਕੀ ਲੱਗਦਾ, ਗੁੰਡਾਗਰਦੀ ਹੈ ਜਾਂ ਗੁੰਡਾਗਰਦੀ? ਬਿਲਕੁਲ ਉਹ ਗੁੰਡਾਗਰਦੀ ਆ। ਸਰਕਾਰ ਦੀ ਸ਼ੈ ਵਾ? ਸਰਕਾਰ ਦੀ ਤਾਂ ਚਲੋ ਜਿਹੜੀ ਸ਼ੈ ਹੈਗੀ ਆ ਇਹ ਠੇਕੇਦਾਰਾਂ ਦੀ ਸ਼ੈ ਆ। ਹਾਂਜੀ, ਜੇ ਨਹੀਂ ਰੁਕਦਾ ਤਾਂ ਇੱਥੇ ਜਾਂ ਤਾਂ ਕੋਈ ਝਗੜਾ ਹੋਏਗਾ, ਜੇ ਕੋਈ ਝਗੜਾ ਹੁੰਦਾ ਹੈ ਤਾਂ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਜੇ ਫਿਰ ਵੀ ਨਾ ਰੁਕੂ, ਪ੍ਰਸ਼ਾਸਨ ਨਾ ਰੋਕੂ ਤਾਂ ਅਸੀਂ ਸੀ ਐੱਮ ਤੱਕ ਵੀ ਪਹੁੰਚ ਕਰਾਂਗੇ। ਹਾਂਜੀ, ਠੀਕ ਹੈ। ਅੱਗੇ ਵੀ ਕਦੀ ਇਸ ਤਰ੍ਹਾਂ ਦੇ ਹੋਏ ਵਾਕਿਆ? ਅੱਗੇ ਵੀ ਕਈ ਵਾਰੀ ਹੋਏ ਆ ਜੀ। ਹਾਂਜੀ, ਫਿਰ ਇਹ ਆ ਵੀ ਨੁਕਸਾਨ ਹੁੰਦੇ ਆ ਉੱਧਰ ਉਹਦੇ ਵੀ। ਉੱਧਰ ਦੂਜੀ ਤਰਫ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ, ਪਰ ਬਾਵਜੂਦ ਇਸ ਦੇ ਖੱਡਾਂ 'ਤੇ ਇਸ ਤਰ੍ਹਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲਣੀ ਅਹਿਮ ਸਵਾਲ ਖੜ੍ਹੇ ਕਰਦੀ ਹੈ ਕਿ ਆਖਿਰ ਇਸ ਰੇਤ ਮਾਫੀਆ ਦੇ ਪਿੱਛੇ ਕਿਸ ਦਾ ਹੱਥ ਹੈ ਜੋ ਇਹਨਾਂ ਨੂੰ ਲੁੱਟਣ ਲਈ ਖੁੱਲ੍ਹ ਮਿਲੀ ਹੋਈ ਹੈ। ਸਵਾਲ ਇਹ ਵੀ ਹੈ ਕਿ ਕੀ ਪੰਜਾਬ ਸਰਕਾਰ ਇਸ ਨਾਜਾਇਜ਼ ਖਨਨ ਨੂੰ ਰੋਕ ਪਾਏਗੀ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਲਈ।